ਇਸ ਵੇਲੇ ਦੀ ਵੱਡੀ ਖਬਰ ਲੱਖਾ ਸਿਧਾਣਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੱਖਾ ਸਿਧਾਣਾ ਬਠਿੰਡਾ ਤੋਂ ਆਪਣਾ ਇੱਕ ਵੱਡਾ ਕਾਫਲਾ ਲੈ ਕੇ ਸਿੰਘੂ ਬਾਰਡਰ ਤੇ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚ ਚੁੱਕਿਆ ਨਾਲ ਹੀ ਉਹਨਾਂ ਦੇ ਜਿਹੜਾ ਭਾਨਾ ਸਿੱਧੂ ਅਕਸਰ ਹੀ ਜਿਹੜਾ ਆ ਨਾਲ ਹੁੰਦੇ ਨੇ ਤੇ ਭਾਨਾ ਸਿੱਧੂ ਦੇ ਵੱਲੋਂ ਇਹ ਲੋਕਾਂ ਨੂੰ ਕਿ ਨਾਲ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਜਿਹੜੇ ਲੀਡਰ ਨੇ ਉਹਨਾਂ ਦਾ ਸਾਥ ਛੱਡ ਕੇ ਅੱਜ ਲੋੜ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਮਰਥਨ ਕਰਨ ਦੀ ਅੱਜ ਦੇਖੋ ਜਿਹੜੇ ਵੱਖ-ਵੱਖ ਅਸੀਂ ਜਥਾ ਆਇਆ ਬਾਕੀ ਤਾਂ ਸুরু ਤੋਂ ਹੀ ਡਟੇ ਹੋયા ਆ ਇਹਦੇ ਅੰਦੋਲਨ ਦੇ ਵਿੱਚ ਪਰ ਅੱਜ ਦਾ ਜੋ ਕਾਰਨ ਆਇਆ ਵੀ ਪਹਿਲਾਂ ਸਾਡੇ ਬਾਪੂ ਸਾਹਿਬਾਨ ਇਸ ਦੇ ਵਿੱਚ ਡਟੇ ਹੋਏ ਸੀਗੇ ਹਨਾ ਵੀ ਹੁਣ ਨੌਜਵਾਨਾਂ ਦੀਆਂ ਵੱਡੀਆਂ ਡਿਊਟੀਆਂ ਨੇਗੀਆਂ ਨੌਜਵਾਨ ਓਮੇਜ ਕਰੂ ਡਿਊਟੀਆਂ ਆਪਣੇ ਨਿਭਾ ਰਹੇ ਨੇਗੇ ਅੰਦੋਲਨ ਦੇ ਵਿੱਚ ਬਾਤ ਛੜ ਕੇ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਹਿਲਾਂ ਤੋਂ ਹੀ ਪਾਉਂਦੇ ਆ ਰਹੇ ਹਾਂ ਬਾਕੀ ਜੇ ਤੱਕ ਮੇਰੀ ਗੱਲ ਆਸੀ ਉਹ ਹਰ ਇੱਕ ਉਸ ਇਨਸਾਨ ਤੇ ਆਗੂ ਦੇ ਨਾਲ ਆ ਜਿਹੜੀ ਪੰਜਾਬ ਦੀ ਲੜਾਈ ਲੜੂਗਾ ਜਿਹੜੇ ਪੰਜਾਬ ਦੇ ਹੱਕਾਂ ਲਈ ਖੜੂਗਾ ਬੇਸਕ ਸਾਡੇ ਕਿਸਾਨ ਜਿੱਥੇ ਬੰਦੇ ਦਾ ਆਗੂ ਸਾਹਿਬਾਨ ਨੇ ਲੱਖਾਂ ਹਜ਼ਾਰਾਂ ਦੀਪ ਸਿੱਧੂਆ ਅਸੀਂ ਏਕਤਾ ਦੀ ਗੱਲ ਕਰਾਂਗੇ ਅਸੀਂ ਕਿਤੇ ਤੋੜਨ ਵਾਲੀ ਗੱਲ ਨਹੀਂ ਕਰਾਂਗੇ ਮੇਰਾ ਨੌਜਵਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਇੱਕੋ ਹੀ ਆ ਵੀ ਆਹ ਜਿਹੜੇ ਸਿਆਸੀ ਪਾਰਟੀਆਂ ਨੇ ਇਹਨਾਂ ਦੀ ਰੈਲੀਆਂ ਦੇ ਵਿੱਚ ਨਾ ਜਾਓ ਲੋੜ ਆ ਸਾਨੂੰ ਦਿੱਲੀ ਆ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਦਾ ਤੇ ਨਾ ਕਿ ਤੁਸੀਂ ਇਹ ਨਾ ਜਿਨ੍ਹਾਂ ਨੇ ਤੁਹਾਡਾ ਪੰਜਾਬ ਨੂੰ ਵੇਚਿਆ ਜਿਹੜੇ ਤੁਹਾਡੇ ਪੰਜਾਬ ਦੇ ਪੰਜਾਬ ਨੂੰ ਵੇਚ ਕੇ ਖਾ ਗਏ ਤੁਹਾਡੇ ਧਰਮ ਤੁਹਾਡੇ ਅਕਾਲੀ ਦਲ ਦੀ ਗੱਲ ਕਰ ਲਓ ਤੁਹਾਡੇ ਧਰਮ ਨੂੰ ਅੱਜ ਤੱਕ ਰੋ ਸ਼੍ਰੋਮਣੀ ਕਮੇਟੀ ਉਹਨਾਂ ਦੇ ਅੰਡਰ ਆਪਾਂ ਉਹ ਤੁਹਾਨੂੰ ਯਾਦ ਕਰਾ ਸਕੀਏ ਉਹਨਾਂ ਲੋਕਾਂ ਦੀਆਂ ਰੈਲੀਆਂ ਦੇ ਵਿੱਚ ਜਾਇਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਨੇ ਤੁਹਾਡਾ ਬੇੜਾ ਤਬਾਹ ਕਰਿਆ ਬੇੜਾ ਕਰਕ ਕਰਿਆ ਬਾਈ ਬਿਲਕੁਲ ਹੈ ਤੁਸੀਂ ਤਾਂ ਬਾਈ ਮੈਂ ਤਾਂ ਇੱਕ ਗੱਲ ਕਹਿਣਾ ਚਾਹਣਾ ਮੈਂ ਤਾਂ ਉਸ ਹਰ ਇੱਕ ਇਨਸਾਨ ਦੇ ਨਾਲ ਆ ਬਾਈ ਬਾਈ ਚਾਹੇ ਦੀਪ ਹੋਵੇ ਚਾਹੇ ਲੱਖਾ ਹੋਵੇ ਸਾਡੇ ਚਾਹੇ ਅਗਰਾਹਾ ਹੋਇਆ ਜੇ ਰਾਜੇਵਾਲ ਹੋਇਆ ਮੈਂ ਤਾਂ ਉਸ ਹਰ ਇੱਕ ਇਨਸਾਨ ਦੇ ਨਾਲ ਆ ਜਿਹੜਾ ਪੰਜਾਬ ਦੀ ਲੜਾਈ ਲੜੂਗਾ ਉਸ ਹਰ ਇੱਕ ਦੇ ਵਿੱਚ ਡਟ ਕੇ ਅਸੀਂ ਜਾਵਾਂਗੇ ਡਟ ਕੇ ਨਾਲ ਖੜੇ ਆ ਕੋਈ ਅੱਜ ਤੋਂ ਨਹੀਂ ਖੜੇ ਪਹਿਲਾਂ ਤੋਂ ਸਾਲਾਂ ਤੋਂ ਖੜੇ ਆ ਕਿਸਾਨੀ ਲਈ ਇਸ ਤੋਂ ਪਹਿਲਾਂ ਵੀ ਜਦੋਂ ਕੇਐਮਪੀ ਰੋਡ ਬੰਦ ਕਰਨ ਦਾ ਕਿਸਾਨ ਸਯੁਕਤ ਮੋਰਚੇ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਉਦੋਂ ਵੀ ਲੱਖੇ ਸਿਧਾਣੇ ਦਾ ਇੱਕ ਵੱਡਾ ਕਾਫਲਾ ਜਿਹੜਾ ਆ ਦਿੱਲੀ ਵੱਲ ਨੂੰ ਰਵਾਨਾ ਹੋਇਆ ਸੀ ਪਰ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਇੱਕ ਵਾਰ ਫਿਰ ਤੋਂ ਜਿਹੜਾ ਅੱਜ قافلہ سنگੂ border ਤੇ ਪਹੁੰਚ ਚੁੱਕਿਆ ਆ ਕੱਲ ਜਿਹੜਾ قافلہ ਇਹ ਰਵਾਨਾ ਹੋਇਆ ਸੀ ਵੱਡਾ قافلہ ਗੱਡੀਆਂ ਦਾ قافلہ ਬੱਸਾਂ ਦਾ ਕਾਰਾਂ ਦਾ قافلہ ਤੇ ਨਾਲ ਇਸ ਵਾਰ ਜਿਹੜੇ ਨੇ ਇਸ قافਲੇ ਦੇ ਵਿੱਚ ਸਮਰਥਨ ਜਿਹੜੀਆਂ ਨੇ ਔਰਤਾਂ ਵੀ ਦੇ ਰਹੀਆਂ ਨੇ ਤੇ ਨਾਲ ਨੌਜਵਾਨ ਨੇ ਜਿਹੜੇ ਨੇ ਉਹ ਹਰ ਕੋਈ ਇਹੀ ਕਹਿ ਰਿਹਾ ਕਿ ਅੱਜ ਸਭ ਨੂੰ ਇਕਜੁੱਟ ਹੋ ਕੇ ਸਾਥ ਦੇਣ ਦੀ ਲੋੜ ਆ ਕਿਸਾਨਾਂ ਦੀ ਤਾਂ ਜੋ ਦੇਸ਼ ਦਾ ਅੰਨਦਾਤਾ ਇੱਥੇ ਜਿਹੜਾ ਸੜਕਾਂ ਤੇ ਰੁਲ ਰਿਹਾ ਉਹ ਸੜਕਾਂ ਤੇ ਨਾ ਰੁਲੇ ਉਹ ਆਪਣੇ ਘਰ ਨੂੰ ਜਾ ਸਕੇ ਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਇਹਨਾਂ ਨੀਤੀਆਂ ਦੇ ਖਿਲਾਫ ਜਿਹੜੀ ਆ ਲੱਖਾਂ ਸਿਧਾਣਾ ਹੋਰਾਂ ਦੇ ਵੱਲੋਂ ਪਹਿਲੇ ਦਿਨ ਤੋਂ ਹੀ ਜਿਹੜੀ ਆਵਾਜ਼ ਚੁੱਕੀ ਗਈ ਆ ਭਾਵੇਂ ਕੀ ਲੱਖਾ ਸਿਧਾਣਾ ਨੂੰ ਇਸ ਦਾ ਖਮਿਆਜਾ ਜਿਹੜਾ ਆ ਜਰੂਰ ਭੁਗਤਣਾ ਪਿਆ ਸੀ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਆ ਦਿੱਲੀ ਪੁਲਿਸ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਤੇ ਦਿੱਲੀ ਪੁਲਿਸ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਲੱਖਾ ਸਿਧਾਣਾ ਵਾਂਟਡ ਨੇ ਜਿਹੜੇ ਦਿੱਲੀ ਹਿੰਸਾ ਮਾਮਲਾ ਹੋਇਆ ਸੀ 26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਵਾਪਰੀ ਸੀ ਉਸ ਘਟਨਾ ਦੇ ਵਿੱਚ ਜਿਹੜਾ ਲੱਖਾ ਸਿਧਾਣਾ ਮੁੱਖ ਮਲਜ਼ਮ ਹੈ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਪਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰ ਨੇ ਗੱਲ ਕੀਤੀ ਜਾਵੇ ਭਾਵੇਂ ਰੁੜਦੂ ਸਿੰਘ ਮਾਨਸਾ ਦੀ ਭਾਵੇਂ ਹੋਰ ਲੀਡਰਾਂ ਦੀ ਉਹਨਾਂ ਦੇ ਵੱਲੋਂ ਲੱਖਾ ਸਦਾਨਾਂ ਨੂੰ ਪੂਰੀ ਸਪੋਰਟ ਕੀਤੀ ਜਾ ਰਹੀ ਆ ਸਾਫ ਤੌਰ ਤੇ ਕਿਹਾ ਜਾ ਰਿਹਾ ਸੀ ਪਹਿਲਾਂ ਤੋਂ ਹੀ ਬਿਆਨਬਾਜ਼ੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਸੀ ਕਿ ਲੱਖਾ ਸਦਾਨਾ ਸਯੁਕਤ ਮੋਰਚੇ ਦੀ ਸਟੇਜ ਤੇ ਆ ਕੇ ਬੋਲੇਗਾ ਪਰ ਨਾਲ ਹੀ ਇਹ ਵੀ ਐਲਾਨ ਕਰ ਦਿੱਤਾ ਸੀ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਕਿ ਜੇਕਰ ਲੱਖਾ ਸਿਧਾਣਾ ਸਟੇਜ ਤੇ ਆਉਂਦੇ ਨੇ ਤੇ ਇੱਥੇ ਬੋਲਦੇ ਨੇ ਲੱਖਾ ਸਿਧਾਣਾ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ ਅੱਜ ਜਿਹੜਾ ਸਿੰਘੂ ਬਾਰਡਰ ਤੇ ਲੱਖਾ ਸਿਧਾਣਾ ਆਪਣੇ ਨਾਲ ਵੱਡਾ ਇੱਕ ਕਾਫਲਾ ਲੈ ਕੇ ਪਹੁੰਚਿਆ ਦੇਖਣਾ ਹੋਵੇਗਾ ਕਿ ਆਖਰ ਪੁਲਿਸ ਪ੍ਰਸ਼ਾਸਨ ਲੱਖਾ ਸਿਧਾਣਾ ਤੇ ਕੋਈ ਕਾਰਵਾਈ ਕਰਦੀ ਆ ਜਾਂ ਫਿਰ ਲੱਖਾ ਸਿਧਾਣਾ ਕਿਸਾਨ ਸਯੁਕਤ ਮੋਰਚੇ ਦੀ ਸਟੇਜ ਤੇ ਆ ਕੇ ਬੋਲਦਾ ਤੁਹਾਨੂੰ ਵੱਡੀ ਖਬਰ ਲਗਾਤਾਰ ਦਿਖਾ ਰਹੇ ਹਾਂ ਕਾਫਲਾ ਲੱਖਾ ਸਿਧਾਣਾ ਦਾ ਜਿਹੜਾ ਦਿੱਲੀ ਸਿੰਘੂ ਬਾਰਡਰ ਤੇ ਪਹੁੰਚ ਚੁੱਕਿਆ ਲਗਾਤਾਰ ਤੁਹਾਨੂੰ ਹੋਰ ਵੀ ਅਸੀਂ ਅਪਡੇਟ ਦਿੰਦੇ ਰਹਾਂਗੇ ਕੈਮਰਾਮੈਨ ਗगन ਦੇ ਨਾਲ ইমরান ਖਾਨ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ